ਸਤਿ ਸ੍ਰੀ ਅਕਾਲ, ਮੈਂ ਹਾਂ ਡਾਕਟਰ ਜਿੰਦਰ ਸਿੰਘ। ਪੰਜ ਅਪਡੇਟ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਲੋਕ ਸਭਾ ਚੋਣਾਂ 2024 ਦੇ ਲਈ ਪੰਜਾਬ ਵੋਟਿੰਗ ਦੇ ਲਈ ਤਿਆਰ ਹੋ ਚੁੱਕਾ ਹੈ ਅਤੇ ਸਿਵਲ ਪ੍ਰਸ਼ਾਸਨ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ, ਸਿਆਸੀ ਨੇਤਾ ਅਤੇ ਪੰਜਾਬ ਦੇ ਖਾਸ ਤੌਰ ਤੇ ਵੋਟਰ ਬੇਸਬਰੀ ਨਾਲ ਕੱਲ ਦੀ ਉਡੀਕ ਕਰ ਰਹੇ ਹਨ। ਕੱਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੰਜਾਬ ਦੇ ਵਿੱਚ ਵੋਟਿੰਗ ਹੋਵੇਗੀ। ਤਾਂ ਦੱਸ ਦੇ ਕਿ ਪੰਜਾਬ ਦੇ ਵਿੱਚ ਕਰੀਬ 2,14,00,000 ਵੋਟਰ ਹਨ ਅਤੇ ਕਰੀਬ 328 ਉਮੀਦਵਾਰ ਇਸ ਵੇਲੇ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਲੁਧਿਆਣਾ ਤੋਂ ਉਮੀਦਵਾਰ ਹਨ। ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਪੰਜਾਬ ਦੇ ਵਿੱਚ ਕਰੀਬ 24,000 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਹਨਾਂ ਦੇ ਉੱਪਰ 70,000 ਦੇ ਕਰੀਬ ਜਵਾਨ ਤੈਨਾਤ ਰਹਿਣਗੇ। ਚੋਣ ਅਮਲਾ ਤੈਨਾਤ ਰਹੇਗਾ ਅਤੇ ਇਸ ਤੋਂ ਇਲਾਵਾ ਇੱਥੇ ਹਰ ਤਰ੍ਹਾਂ ਦੀ, ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਪਾਰਾ ਕਾਫੀ ਚੜਿਆ ਹੋਇਆ ਹੈ, ਸਿਆਸੀ ਪਾਰੇ ਦੇ ਨਾਲੋਂ ਜੋ ਗਰਮੀ ਦਾ ਪਾਰਾ ਹੈ ਇਸ ਵਾਰ ਕਾਫੀ ਵਿਖਾਈ ਦੇ ਰਿਹਾ ਹੈ, ਜਿਸ ਦਾ ਅਸਰ ਕੱਲ ਵੋਟਿੰਗ ਤੇ ਵੇਖਣ ਨੂੰ ਮਿਲ ਸਕਦਾ ਹੈ। ਉਸ ਨੂੰ ਧਿਆਨ ਚ ਰੱਖ ਕੇ ਚੋਣ ਕਮਿਸ਼ਨ ਦੇ ਵੱਲੋਂ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਪੋਲਿੰਗ ਬੂਥਾਂ ਤੇ ਪੱਖਿਆਂ ਤੋਂ ਇਲਾਵਾ ਪਾਣੀ ਦੇ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਹੋਰ ਵੀ ਗਰਮੀ ਤੋਂ ਬਚਣ ਦੇ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਅੱਜ ਇਲੈਕਸ਼ਨ ਕਮਿਸ਼ਨ ਨੇ ਇਸ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਉਸ ਤੋਂ ਇਲਾਵਾ ਜ਼ਿਲ੍ਹੇ ਪੱਧਰ ਤੇ ਵੀ ਵੱਖ ਵੱਖ ਜ਼ਿਲ੍ਹਿਆਂ ਤੋਂ ਜੋ ਖਬਰਾਂ ਆ ਰਹੀਆਂ ਹਨ ਕਿ ਇਸ ਵੇਲੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਚੁੱਕਾ ਹੈ। ਪੋਲਿੰਗ ਪਾਰਟੀਆਂ ਆਪੋ ਆਪਣੇ ਬੂਥਾਂ ਵੱਲ ਰਵਾਨਾ ਹੋ ਚੁੱਕੀਆਂ ਹਨ ਅਤੇ ਪੁਲਿਸ ਵੱਲੋਂ ਵੀ ਮੋਰਚੇ ਸਾਂਭਲੇ ਗਏ ਹਨ ਤਾਂ ਜੋ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਸਕਣ। ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਸੜਕਾਂ ਤੇ ਤੈਨਾਤ ਰਹਿਣਗੇ ਤਾਂ ਜੋ ਆਉਣ ਜਾਣ ਵਾਲੇ ਵਾਹਨਾਂ ਤੇ ਵੀ ਨਜ਼ਰ ਰੱਖੀ ਜਾ ਸਕੇ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਚੰਡੀਗੜ੍ਹ ਦੇ ਵਿੱਚ ਆਪਣੇ ਕੰਟਰੋਲ ਰੂਮ ਤੋਂ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਦੇ ਵੱਖ ਵੱਖ ਪੋਲਿੰਗ ਬੂਥਾਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਖਾਸ ਤੌਰ ਤੇ ਜੋ ਬੂਥ ਸੰਵੇਦਨਸ਼ੀਲ ਹੋਣਗੇ ਉਹਨਾਂ ਤੇ ਤਿੱਖੀ ਨਜ਼ਰ ਹੋਏਗੀ ਅਤੇ ਤੁਰੰਤ ਕਾਰਵਾਈ ਵੀ ਹੋਵੇਗੀ। ਜੇਕਰ ਕੋਈ ਉੱਥੇ ਚੋਣ ਪ੍ਰਕਿਰਿਆ 'ਚ ਕੋਈ ਵਿਘਨ ਪੈਂਦਾ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਹੁੰਦੀ ਹੈ ਤਾਂ ਚੋਣ ਕਮਿਸ਼ਨ ਉਸ ਤੇ ਸਖ਼ਤ ਐਕਸ਼ਨ ਲੈਣ ਦੀ ਤਿਆਰ ਬੈਠਾ ਹੈ। ਸੋ ਅਜਿਹੇ ਦੇ ਵਿੱਚ ਕੋਈ ਵੀ ਚੋਣਾਂ ਦੇ ਦੌਰਾਨ ਕੋਈ ਵੀ ਹੁੱਲੜਬਾਜ਼ੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਗੁੰਡਾਗਰਦੀ ਜਾਂ ਬੂਥ ਕੈਪਚਰਿੰਗ ਵਰਗੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰੇ ਤਾਂ ਵਧੀਆ ਰਹੇਗਾ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕੱਲ੍ਹ ਦੀ ਚੋਣ ਪ੍ਰਕਿਰਿਆ ਨੂੰ ਅਮਨ ਅਮਾਨ ਤੇ ਸਫਲਤਾਪੂਰਵਕ ਨੇਪਰੇ ਚਾੜਨ ਦੇ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਤੁਹਾਨੂੰ ਤਸਵੀਰਾਂ ਅੰਮ੍ਰਿਤਸਰ ਦੀਆਂ ਦਿਖਾਵਾਂਗੇ, ਫਤਿਹਗੜ੍ਹ ਚੂੜੀਆਂ ਦੀ ਦਿਖਾਵਾਂਗੇ, ਜਿੱਥੇ ਕਿ ਅੰਮ੍ਰਿਤਸਰ ਤੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਵੀ ਅੱਜ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਚੋਣਾਂ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਗੜਬੜ ਪੈਦਾ ਨਹੀਂ ਕਰਨ ਦਿੱਤੀ ਜਾਵੇਗੀ। ਉੱਧਰ ਪੁਲਿਸ ਜ਼ਿਲ੍ਹਾ ਬਟਾਲਾ ਦੀ SSP ਮੈਡਮ ਫਤਿਹਗੜ੍ਹ ਚੂੜੀਆਂ 'ਚ ਪਹੁੰਚੇ ਅਤੇ ਉਹਨਾਂ ਨੇ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਕਿਹਾ ਕਿ ਗੁਰਦਾਸਪੁਰ ਤੇ ਬਟਾਲਾ ਦੇ ਵਿੱਚ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਾਂਜੀ, ਜੈਸੇ ਆਪ ਜਾਣਦੇ ਹੈ ਲੋਕ ਸਭਾ ਇਲੈਕਸ਼ਨਸ 2024 ਉਸਮੇ ਜੋ ਪੰਜਾਬ ਕੇ ਇਲੈਕਸ਼ਨਸ ਹੈ ਉਹ 7ਵੇਂ ਫੇਜ਼ ਮੇ ਹੋ ਰਹੇ ਹੈ, 1 ਜੂਨ ਕੋ ਹੋ ਰਹੇ ਹੈ। ਕੱਲ੍ਹ ਸੁਬਹੇ 7 ਵਜੇ ਸੇ ਲੈ ਕੇ ਸ਼ਾਮ 4 ਵਜੇ 6 ਵਜੇ ਤੱਕ ਕੀ ਹੈ। ਤੋ ਉਸਕੇ ਲਈ ਜੋ ਹਮਾਰੀ ਜੋ ਪੂਰੀ ਤਿਆਰੀ ਹੈ ਜੀ ਪੰਜਾਬ ਪੁਲਿਸ ਕੀ, ਔਰ ਪੰਜਾਬ ਪੁਲਿਸ ਕੋ ਔਰ ਵੀ ਸਟਰੈਂਗਨ ਕਰਨੇ ਕੇ ਲੀਏ ਹਮੇ CAPF ਜੋ ਪੈਰਾਮਿਲਟਰੀ ਫੋਰਸਿਸ ਹੋਤੇ ਹੈ ਉਨਕੇ ਵੀ ਹਮੇ ਬਾਹਰ ਸੇ ਫੋਰਸ ਮਿਲੀ ਹੈ, ਔਰ ਸਾਥ ਹੀ ਮੇ ਬਾਹਰੀ ਸਟੇਟਸ ਜੋ ਹੈ ਬਾਹਰੀ ਰਾਜ ਹੈ ਜੈਸੇ ਹਰਿਆਣਾ ਕੇ ਹੋ ਗਏ ਔਰ ਰਾਜਸਥਾਨ ਕੇ ਹੋ ਗਏ, ਵੈਸਟ ਬੰਗਾਲ, ਨਾਗਾਲੈਂਡ, ਯਹਾਂ ਸੇ ਵੀ ਹਮਾਰੇ ਪਾਸ ਫੋਰਸ ਪਹੁੰਚੀ ਹੋਈ ਹੈ। ਤੋ ਟੋਟਲ ਹਮਾਰੇ ਪਾਸ 9 ਕੰਪਨੀਆਂ ਬਾਹਰ ਸੇ ਆਏ ਹੋਏ ਹੈ, ਔਰ ਆਪਣੇ ਖੁਦ ਕਾ ਪੁਲਿਸ ਕਾ ਪੰਜਾਬ ਕੇ ਜੋ ਪੰਜਾਬ ਰਾਮ ਪੁਲਿਸ ਹੈ ਔਰ ਡਿਸਟ੍ਰਿਕਟ ਪੁਲਿਸ, ਮੋਰ ਦੈਨ 3,000 ਤੋਂ ਉੱਤੇ ਜੋ ਹੈਗਾ ਫੋਰਸ ਜੋ ਹਮਾਰੀ ਜੋ ਲੱਗੀ
ਲੱਗੀ ਹੋਈ ਹੈ ਇਸ ਇਲੈਕਸ਼ਨ ਡਿਊਟੀ ਦੇ ਵਿੱਚ। ਹਮਾਰੇ ਜੋ ਹੈ ਬਟਾਲਾ ਜ਼ਿਲ੍ਹੇ ਦੇ 5 ਅਸੈਂਬਲੀ ਕੋਂਸਟੀਟੂਐਂਸੀਜ਼ ਹੈਗੀ ਹੈ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਛੋੜੀਆ, ਬਟਾਲਾ, ਸ਼੍ਰੀ ਹਰਗੋਬਿੰਦਪੁਰ ਔਰ ਕਾਦੀਆਂ। ਔਰ ਇਹਦੇ ਵਿੱਚ ਟੋਟਲ ਹਮਾਰੇ 9.25 ਲੱਖ ਇੰਨੇ ਵੋਟਰਸ ਹੈਗੇ ਆ, ਔਰ ਟੋਟਲ 574 ਜੋ ਹੈ ਉਹ ਲੋਕੇਸ਼ਨਸ ਨੇ, ਪੋਲਿੰਗ ਲੋਕੇਸ਼ਨਸ ਹੈਗੇ, ਔਰ 819 ਜੋ ਹੈ ਉਹ ਪੋਲਿੰਗ ਬੂਥਸ ਹੈ। ਔਰ ਇਹਦੇ ਵਿੱਚ ਹਮਾਰੇ ਪਾਸ ਕੁਛ ਕ੍ਰਿਟੀਕਲ ਹੈ, 17 ਜੋ ਹੈ ਕ੍ਰਿਟੀਕਲ ਲੋਕੇਸ਼ਨਸ ਹੈ, 103 ਹੈ ਜੋ ਵਲਨਰੇਬਲ ਹੈ, ਜੋ ਬਾਕੀ ਆਰਡੀਨਰੀ ਹੈ। ਜੋ ਵਲਨਰੇਬਲ ਔਰ ਕ੍ਰਿਟੀਕਲ ਹੋਤੇ ਹੈ ਉਹ ਬਹੁਤ ਜ਼ਿਆਦਾ ਸੈਂਸਿਟਿਵ ਹੋਤੇ ਹੈ, ਕੋਈ ਕਾਰਨ ਕਰਕੇ ਕਿਸੀ ਮੇ ਬਹੁਤ ਜ਼ਿਆਦਾ ਪੜੀ ਹੋਤੀ ਹੈ, 75% ਸੇ ਉੱਪਰ ਹੈ, ਕਹੀਂ ਪਰ ਲੜਾਈ ਝਗੜੇ ਕਾ ਆਸ਼ੰਕਾ ਹੋਤਾ ਹੈ, ਯਹਾਂ ਪਰ ਕੰਪਲਸਰੀਲੀ ਹਮਾਰਾ CAPF ਕਾ ਡਿਪਲੋਇਮੈਂਟ ਹੈ। ਸਾਥ ਹੀ ਸਾਥ ਮੇ ਹਮਾਰੇ DSP ਸਾਹਿਬਾਨ ਹੈ, SHO ਸਾਹਿਬਾਨ ਹੈ, ਉਨਕੇ ਪੈਟਰੋਲਿੰਗ ਪਾਰਟੀਆਂ ਵਗੈਰਾ ਜੋ ਹੈ, QRTs ਹੈ, ਉਹ ਸਾਰੇ ਹੀ ਆਪਣੇ ਇਲਾਕੇ ਮੇ ਉਹ ਘੁੰਮਤੇ ਰਹੇਗੇ ਜੀ। ਹਾਂਜੀ, 009 ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਦੇ ਸਾਰੇ ਪੁਖਤਾ ਪ੍ਰਬੰਧ ਹੈ, ਸਾਰੇ ਅਫੀਸ਼ੀਅਲ ਸਾਡੇ ਕੋਲ ਪਹੁੰਚ ਚੁੱਕੇ, 70% ਦੇ ਲਗਭਗ ਸਾਡੀਆਂ ਪਾਰਟੀਆਂ ਪੂਰੀਆਂ ਹੋ ਚੁੱਕੀਆਂ। ਅਸੀਂ ਜੋ ਪੋਲਿੰਗ ਸਟਾਫ ਲੱਗਿਆ ਉਹਦੇ ਵਾਸਤੇ ਖਾਣੇ ਦਾ, ਛਬੀਲ ਦਾ, ਚਾਹ ਦਾ, ਪਾਣੀ ਦਾ ਸਾਰਾ ਇੰਤਜ਼ਾਮ ਕਰਿਆ ਹੋਇਆ। ਲਗਭਗ 1300 ਦੇ ਲਗਭਗ ਸਿਵਲ ਅਫੀਸ਼ੀਅਲ ਹੈ ਅਤੇ ਲਗਭਗ 700 ਦੇ ਲਗਭਗ ਪੁਲਿਸ ਹੈ। ਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਨੇ। ਅੱਜ ਇੱਥੇ ਸੈਂਟਰਲ ਹਲਕੇ ਦੀ ਜਿਹੜੀ ਫੋਰਸ ਹੈ, ਇੱਥੋਂ ਡਿਸਟ੍ਰੀਬਿਊਸ਼ਨ ਸੈਂਟਰ ਹੈਗਾ ਜਿੱਥੋਂ EVMs ਵੀ ਜਾਣੀਆਂ ਅਤੇ ਉਹਨਾਂ ਨਾਲ ਸੁਰੱਖਿਆ ਵੀ ਦਿੱਤੀ ਜਾਣੀ ਹੈ। ਅਸੀਂ ਸਾਰੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਨੇ ਕਿ ਫਰੀ, ਫੇਅਰ ਅਤੇ ਪੀਸਫੁੱਲ ਇਲੈਕਸ਼ਨ ਹੋਵੇ। ਉਹਦੇ ਤਹਿਤ 5 ਕੋਨਸਟੀਚੁਐਂਸੀਆਂ ਅਸੈਂਬਲੀ ਜਿਹੜੀਆਂ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੋਨਸਟੀਚੁਐਂਸੀ ਦੇ ਤਹਿਤ ਪੈਂਦੀਆਂ, ਜੇ ਕਿ ਕਮਿਸ਼ਨਰੇਟ ਅੰਮ੍ਰਿਤਸਰ ਦੀ ਏਰੀਏ 'ਚ ਪੈਂਦੀਆਂ। ਉਹਦੇ 'ਚ ਅਸੀਂ ਹਰੇਕ ਕੋਨਸਟੀਚੁਐਂਸੀ ਦੇ ਉੱਤੇ ਇੱਕ DCP ਲੈਵਲ ਦੇ ਆਫਿਸਰ, 2 ਕੋਨਸਟੀਚੁਐਂਸੀਆਂ ਦੇ ਪਿੱਛੇ ਇੱਕ DCP ਲੈਵਲ ਦਾ ਆਫਿਸਰ ਹੈ, ਕੋਨਸਟੀਚੁਐਂਸੀ ਦੇ ਇੰਚਾਰਜ ਇੱਕ ADCP ਲੈਵਲ ਦੇ ਆਫਿਸਰ ਖੁਦ ਨੇ, ਔਰ ਉਹਨਾਂ ਦੇ ਥੱਲੇ ਅਸੀਂ ਜਿੱਦਾਂ ਜਿੱਦਾਂ ਏਰੀ ਦੀ ਸੈਂਸਿਟਿਵਿਟੀ ਮੁਤਾਬਕ 2-3 ਜਾਂ 4 ACP DSP ਲੈਵਲ ਦੇ ਆਫਿਸਰ ਦਿੱਤੇ ਨੇ, ਜਿਨ੍ਹਾਂ ਦੇ ਕੋਲ ਅਲੱਗ ਅਲੱਗ ਏਰੀਏ ਵਿੱਚ ਸੈਕਟਰ ਵਾਸਤੇ ਸਟ੍ਰਾਈਕਿੰਗ ਰਿਜ਼ਰਵ ਉਹਨਾਂ ਨੂੰ ਕਿਹਾ ਜਾਏਗਾ ਕਿ ਜਿਹੜੇ ਕਾਨੂੰਨ ਵਿਵਸਥਾ ਦੀ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਸਮਰੱਥ ਹੋਣ ਔਰ ਇਮੀਡੀਏਟਲੀ ਰਸ਼ ਕਰਨ। ਇਸ ਤੋਂ ਇਲਾਵਾ ਜੇ ਆਪਾਂ ਸਾਰੀਆਂ ਟੋਟਲ ਆਪਣੇ ਪੋਲਿੰਗ ਲੋਕੇਸ਼ਨਸ ਦੇਖੀਏ, ਉਹਨਾਂ ਨੂੰ 81 ਸੈਕਟਰਾਂ ਦੇ ਵਿੱਚ ਡਿਵਾਈਡ ਕੀਤਾ ਸਿਵਲ ਐਡਮਿਨਿਸਟ੍ਰੇਸ਼ਨ DC ਆਫਿਸ ਵੱਲੋਂ। ਉਹਨਾਂ ਨੂੰ ਸੈਕਟਰ ਆਫਿਸਰਸ 81 ਪੈਣਗੇ ਸਾਡੇ ਕਮਿਸ਼ਨਰੇਟ ਏਰੀਏ ਦੇ ਵਿੱਚ। 5 ਅਕਤੂਬਰ ਵੱਲੋਂ ਅਸੀਂ ਤੁਹਾਨੂੰ ਅਪੀਲ ਕਰਾਂਗੇ ਕਿ ਕੱਲ ਵੱਧ ਚੜ੍ਹ ਕੇ ਵੋਟਿੰਗ ਦੇ ਵਿੱਚ ਹਿੱਸਾ ਲਿਆ ਜਾਵੇ ਅਤੇ ਆਪਣੇ ਹਲਕੇ ਦਾ MP, ਆਪਣੀ ਮਨਪਸੰਦ ਦਾ MP ਚੁਣਿਆ ਜਾਵੇ। ਕੱਲ ਇੱਕ ਮੌਕਾ ਹੈ ਜੋ ਕਿ ਲੋਕਤੰਤਰ ਨੇ ਜਿਸ ਦੇ ਵਿੱਚ ਤੁਹਾਨੂੰ ਤਾਕਤ ਦਿੱਤੀ ਹੈ, ਤੁਸੀਂ ਆਪਣੀ ਉਸ ਤਾਕਤ ਦੀ ਖੁੱਲ੍ਹ ਕੇ ਵਰਤੋਂ ਕਰੋ ਅਤੇ ਆਪਣੀ ਮਨਪਸੰਦ ਦਾ ਜੋ ਤੁਹਾਡਾ ਚਹੇਤਾ ਹੈ, ਜੋ ਤੁਹਾਡੀ ਸਾਰ ਲੈਂਦਾ ਹੈ, ਜੋ ਤੁਹਾਨੂੰ ਪਸੰਦ ਹੈ, ਉਸ ਨੂੰ ਆਪਣੀ ਵੋਟ ਦਿਓ ਅਤੇ ਲੋਕਤੰਤਰ ਦੇ ਇਸ ਪੁਰਬ ਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਸ਼ਾਮਿਲ ਹੋਵੋ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।